परतवीर सिंह दुग्गल, कार्य साधक अफसर, नगर पंचायत महराज मलूका, नगर काउंसिल कोटफत्ता, संगत जिला बठिंडा वालों समूह शहर वासियां अते देश वासियां नू नवे साल 2021 दियां लख लख वधाइयां ते नाल ही समूह शहर वासियां नू अपील है कि स्वच्छ भारत मुहिम दा हिस्सा बनन लई अपने शहर नू साफ सुथरा रखन च नगर काउंसिल दा साथ दियो। गुरतेज शर्मा MD सतलुज राइस मिल फूल महराज रोड वालों समूह शहर वासियां अते देश वासियां नू नवे साल 2021 दियां लख लख वधाइयां। आई गगन बंसू, प्रेसिडेंट ऑफ डॉम लिटरेसी स्कूल रामपुर, विशेस द एंटायर कंट्रीमैन वेरी हैप्पी एंड प्रॉस्परस न्यू ईयर। आई होप द कमिंग ईयर वुड ब्रिंग प्रॉस्पेरिटी, हैप्पीनेस, पीस, हार्मनी इन ऑल योर लाइफ्स। And as a good citizen, let's take a pledge today to keep our city, our house, our roads clean, so that in the coming years we wish to have a good and a clean environment. Thank you very much. Once again, a very happy and prosperous for our new year. Siddharth Kumar, MD, Ajit Inden, Shaheed Smarak College Road, Rampura Phool Vallon, Smooth Shahar Vaasiyan te Desh Vaasiyan nu Nave Saal 2021 diyan lakh lakh vadhaiyan te naal hi appeal hai ki apne shahar ch vadhiya gas supply lain layi Ajit Inden da saath deo। ਭਰਪੂਰ ਸਿੰਘ ਭੂਰਾ, ਪ੍ਰਧਾਨ ਅਤੇ ਸਮੂਹ ਟਰੱਕ ਆਪਰੇਟਰ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਨਰੇਸ਼ ਗਰਗ, ਸਤੀਸ਼ ਗਰਗ, ਸ਼ੁਭਮ ਗਰਗ, ਮੁਕੁਲ ਗਰਗ, ਸ਼ਕਤੀ ਰਿਜ਼ੋਰਟਸ ਰਾਮਪੁਰਾ ਫੂਲ ਅਤੇ ਸਪ੍ਰਿੰਗ ਵਿਲਾ ਬਰਨਾਲਾ ਨੇੜੇ ਟੀ ਪੁਆਇੰਟ ਬਰਨਾਲਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਸਕਾਈ ਹਾਈ ਰਿਜ਼ੋਰਟਸ ਬਠਿੰਡਾ ਰੋਡ ਰਾਮਪੁਰਾ ਫੂਲ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ ਤੇ ਅਪੀਲ। ਵਿਆਹ ਸ਼ਾਦੀਆਂ ਅਤੇ ਪਾਰਟੀਆਂ ਲਈ ਹਮੇਸ਼ਾ ਭਰੋਸੇਯੋਗ ਨਾਮ ਸਕਾਈ ਹਾਈ ਰਿਜ਼ੋਰਟਸ ਬਠਿੰਡਾ ਰੋਡ ਰਾਮਪੁਰਾ ਫੂਲ। ਸਰਦਾਰ ਗੁਰਪ੍ਰੀਤ ਸਿੰਘ ਮਹਿਰਾਜ, ਉੱਘੇ ਸਮਾਜ ਸੇਵੀ, ਕੋਠੇ ਮੱਲੂਆਣਾ, ਜ਼ਿਲ੍ਹਾ ਬਠਿੰਡਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਸਰਦਾਰ ਕੁਲਜੀਤ ਸਿੰਘ, ਪ੍ਰਿੰਸੀਪਲ ਅਤੇ ਸਮੂਹ ਸਟਾਫ, ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਹੀ ਅਪੀਲ। ਨਵੇਂ ਸੈਸ਼ਨ 2021-22 ਦੇ ਦਾਖਲੇ ਸ਼ੁਰੂ ਹੋ ਚੁੱਕੇ ਨੇ, ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾਉਣ ਲਈ ਅੱਜ ਹੀ ਸੰਪਰਕ ਕਰੋ। ਰਿਸ਼ੂ ਕੁਮਾਰ, ਓਜ਼ਿਸ ਗਰੁੱਪ, ਟੂਰਿਸਟ ਵੀਜ਼ਾ, ਸਟੱਡੀ ਵੀਜ਼ਾ, PR ਅਤੇ IELTS ਕੋਚਿੰਗ ਸੈਂਟਰ, ਅਜੀਤ ਰੋਡ, ਬਠਿੰਡਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਸਪੈਸ਼ਲ ਆਫਰ, ਘੱਟ ਖਰਚੇ ਵਿੱਚ ਵੀਜ਼ਾ ਸੰਬੰਧੀ ਜਾਣਕਾਰੀ ਦੇਣ ਵਾਲਾ ਇਲਾਕੇ ਦਾ ਪਹਿਲਾ ਆਫਿਸ। ਡਾਕਟਰ ਆਸ਼ੀਸ਼ ਬਜਾਜ, ਬੱਚਿਆਂ ਦੇ ਮਾਹਿਰ, ਸਿਵਲ ਹਸਪਤਾਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਸੁਰੇਸ਼ ਕੁਮਾਰ ਬਾਈਆ, ਪ੍ਰਧਾਨ RTI ਐਸੋਸੀਏਸ਼ਨ ਪਟਿਆਲਾ ਮੰਡੀ ਰਾਮਪੁਰਾ ਫੂਲ ਵੱਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ 2021 ਦੀਆਂ ਲੱਖ ਲੱਖ ਵਧਾਈਆਂ। ਮਾਈਸੈਲਫ ਇਜ਼ ਰਵੀ ਕੁਮਾਰ, ਕਾਰ ਸਾਧਕ ਅਫਸਰ, ਨਗਰ ਪੰਚਾਇਤ ਜੋਗਾ, ਭੀਖੀ, ਮਾਨਸਾ। ਨਵੇਂ ਸਾਲ ਜਿਵੇਂ ਕਿ ਖੁਸ਼ੀਆਂ ਭਰਿਆ ਲੈ ਕੇ ਆਵੇ, ਮੈਂ ਦੱਸਣਾ ਚਾਹੁੰਦਾ ਕਿ ਪਿਛਲਾ ਸਾਲ ਤਾਂ ਮੇਰੇ ਖਿਆਲ ਜਿਵੇਂ ਸਦੀਆਂ ਤੋਂ ਗੱਲ ਸੁਣੀ ਆ ਜਿਹੜੀ ਵੀ 1720, 1820, 1920, 2020, ਮਤਲਬ ਜੋ 20 ਦਾ ਸਾਲ ਉਹ ਬੜਾ ਹੀ ਖਤਰਨਾਕ ਹੋ ਰਿਹਾ। ਇੱਕ ਸਾਲ ਤੋਂ ਕਰੋਨਾ ਦਾ ਇੰਨਾ ਬੁਰਾ ਹਾਲ ਚੱਲ ਰਿਹਾ, ਈਵਨ ਸਾਡੇ ਮਾਨਸਾ 'ਚ ਵੀ ਲਗਭਗ 1000 ਤੋਂ ਵੱਧ ਪੇਸ਼ੈਂਟ ਆ ਚੁੱਕੇ, ਉਹਨਾਂ 'ਚੋਂ ਕਾਫੀ ਹੱਦ ਤੱਕ 70-80 ਮੌਤਾਂ ਵੀ ਹੋ ਚੁੱਕੀਆਂ। ਲਗਾਤਾਰ ਟੈਸਟਿੰਗ ਜਾਰੀ ਹੈ ਅਤੇ ਨਵਾਂ ਸਾਲ ਅਸੀਂ ਇਹ ਚਾਹੁੰਦੇ ਹਾਂ ਵੀ ਮਤਲਬ ਕਿ ਖੁਸ਼ੀਆਂ ਭਰਿਆ ਆਵੇ ਅਤੇ ਕੋਵਿਡ ਤੋਂ ਸਾਨੂੰ ਨਿਜਾਤ ਮਿਲੇ। ਔਰ ਇਹ ਵੀ ਪਤਾ ਜਲਦੀ ਕਿ ਇਹਦੀ ਵੈਕਸੀਨ ਆ ਰਹੀ ਹੈ ਅਤੇ ਜਦੋਂ ਕੋਵਿਡ ਖਤਮ ਹੋ ਜਾਂਦਾ ਤਾਂ ਲੋਕਾਂ ਨੂੰ ਉਹੀ ਪੁਰਾਣੇ ਗਲੇ ਮਿਲਣੀ ਆ। ਅਸੀਂ ਚਾਹੁੰਦੇ ਹਾਂ ਵੀ ਨਵਾਂ ਸਾਲ ਉਹ ਖੁਸ਼ੀਆਂ ਭਰਿਆ ਆਵੇ ਅਤੇ ਅਸੀਂ ਜਿਹੜੇ ਕੰਮ 2019 'ਚ ਕਰ ਰਹੇ ਸੀ ਲੇਕਿਨ 2020 'ਚ ਆ ਕੇ ਉਹਦੀ ਬ੍ਰੇਕ ਲੱਗ ਗਿਆ, ਹੁਣ ਅਸੀਂ 19 ਵਾਲੇ ਕੰਮ ਨੂੰ ਰੈਗੂਲਰ ਕਰਦੇ ਹੋਏ 21 'ਚ ਉਦੋਂ ਵਧੀਆ ਕੰਮ ਕਰੀਏ ਤਾਂ ਕਿ ਸਾਨੂੰ ਐਂ ਲੱਗੇ ਵੀ ਕੋਵਿਡ ਨਾਂ ਦੀ ਬਿਮਾਰੀ 'ਤੇ ਅਸੀਂ ਜਿੱਤ ਪਾ ਲਈ।
लेकिन साढ़े तो पहला भी ये है भी शहर वासी बड़ा इस आपके आप मतलब सुचेत ने सोशल डिस्टेंसिंग करनी तो मतलब कि हाथ धोने के नाल कोरोना बीमारी से पहले ही असं काबू पा चुके हैं तो आने वाले टाइम से असं पूरी तरह खत्म करांगे तो अगला शहर अगला साल है जो शहर वासियों पिछे वो खुशियां भरा तंदुरुस्ती गले मेना लाऊगा। मैं इन्ना ही कहना हो अपना सेहत का ख्याल रखो सफाई रखो ध्यान रखो। रिशु मित्तल ठेकेदार FCI लेबर यूनियन रामपुरा फूल जिला बठिंडा वालों समूह शहर वासियां ते समूह देश वासियां नूं नवे साल 2021 दियां लख लख वधाइयां। मैं मंगल कुमार कार्य साधक अफसर नगर कौंसल रामा तेज नगर पंचायत तलवंडी साहिब समूह मेरे वालों मेरे ते मेरे स्टाफ वालों समूह नगर निवासियां नूं नवे साल दियां लख लख वधाइयां। एक रिक्वेस्ट है अपील भी है समूह नगर निवासियों स्वच्छ भारत मिशन तहत चल रही गतिविधियाँ साथ दो शहर अपना आला दुआला साफ रखो। धन्यवाद। मैं वरिंदर कुमार वाइस चेयरमैन मार्केट कमेटी भुजो अपने वालों अपने MLA प्रीतम सिंह कोट भाई वालों तो समूह कांग्रेस पार्टी वालों सारे इलाका निवासियों नवे साल की अलग अलग बधाई दिना तो कामना करता कि 2021 नवा साल जो आए अपने सारे लिए शुभ हो चंगा हो जिस तरह 2020 कोरोना महामारी जब आप घेरे रहे हैं सारे लोग उस तरह ऐसी कोई घटना हो बाकी अपन सारू मास्क रखना चाहिए है कोरोना महामारी तो परहेज रखना चाहिए है जो दूरी बना के रखनी चाहिए है जो सरकार हिदायत ने कोरोना महामारी करके बना के रखनी चाहिए है। तो मैं फिर दोबारा अपने वालों अपनी पार्टी वालों सारे आम पब्लिक को नवे साल दी अलग अलग बधाइया दें तो कामना करता कि 2021 नवा साल अपने लिए शुभ हो चंगा अपने लिए वधिया हो। श्री रमेश कुमार कार्य साधक अफसर मौड़ मंडी जिला बठिंडा वालों समूह शहर वासियां अते देश वासियां नूं नवे साल 2021 दियां लख लख वधाइयां ते नाल ही समूह शहर वासियां नूं अपील कि स्वच्छ भारत मुहिम दा हिस्सा बनने लई अपने शहर नूं साफ सुथरा रखण च नगर कौंसल दा साथ दिओ।